इनकलाब भारत माता की बोले सो निहाल। अबोर वालियो जदों भी तुहाडे कोले आए आ तुसी प्यार आले पास्यों कोई कमी नहीं छड़ी, जदों भी तुहाडे कोले कोई आवाज मारी है तुहानू ता तुसी पैर जुत्ती नहीं पाई, तुसी प्यार देण वास्ते साथ देण वास्ते हमेशा अगे रहे हो। इस गल च मैं तुहाडा धन्नवाद करदा, इस गल च मैं तुहाडा ऋणी हाँ। ਲੋਕਾਂ ਲਈ ਹੋਊਗਾ ਅਬੋਹਰ ਟੇਲ। ਮੈਂ ਜੇ ਇਧਰਲੇ ਪਾਸੇ ਸੋਚਾਂ ਤਾਂ ਅਬੋਹਰ ਪਹਿਲਾਂ ਵੀ ਹੈ, ਅਬੋਹਰ ਪਹਿਲਾ ਕਸਬਾ ਚੰਡੀਗੜ੍ਹ ਵਾਲੇ ਪਾਸੇ ਨਾ ਸੋਚੋ, ਇਧਰਲੇ ਪਾਸਿਓ ਸੋਚੋ। ਮੇਰਾ ਕੰਮ ਸੀ, ਮੈਂ ਕਿਸਾਨਾਂ ਨੂੰ ਪੁੱਛਿਆ ਫਾਜ਼ਿਲਕਾ ਅਬੋਹਰ ਬੱਲੂਆਣਾ ਦੇ ਨੂੰ, ਉਹ ਕਹਿੰਦੇ ਨਹਿਰਾਂ ਦਾ ਪਾਣੀ ਜੇ ਨਰਮੇ ਨੂੰ ਆ ਜੇ ਬੂਟਾ ਸਟਰੋਂਗ ਹੋ ਜਾਂਦਾ, ਪਹਿਲੇ ਤਿੰਨ ਪਾਣੀ ਲੱਗ ਜਾਣ ਸੁੰਡੀ ਨਹੀਂ ਲੱਗਣੀ। ਵੀਰੋ ਹੱਥ ਖੜੇ ਕਰਕੇ ਦੱਸ ਦਿਓ, ਆਉਂਦਾ ਨਾ ਨਹਿਰਾਂ ਦਾ ਪਾਣੀ? ਕੱਸੀਆਂ ਸੂਹਿਆਂ ਚ ਪਾਣੀ ਆ ਗਿਆ, ਨਵੀਆਂ ਪਾਈਪਾਂ ਦੱਬੀਆਂ ਜਾ ਰਹੀਆਂ ਨੇ, ਬਸ ਦੋ ਚਾਰ ਮਹੀਨੇ ਹੋਰ ਦੇ ਦਿਓ, ਮੋਟਰਾਂ ਟਿਊਬਵੈੱਲ ਭੁੱਲ ਜਾਓਗੇ, ਨਹਿਰਾਂ ਦਾ ਪਾਣੀ ਤੁਹਾਡੇ ਕੋਲ ਪਹੁੰਚੂਗਾ। ਇੱਕ ਤਰੀਕ ਨੂੰ ਤੁਹਾਡੇ ਤੋਂ ਸਾਥ ਮੰਗਣਾ ਆ। ਮੈਂ ਇਕੱਲਾ ਹੀ ਲੜੀ ਜਾਂਦਾ, ਸੁਪਰੀਮ ਕੋਰਟ 'ਚ ਲੜਦਾ, ਸੈਂਟਰ ਸਰਕਾਰ 'ਚ ਲੜਦਾ, ਗਵਰਨਰ ਨਾਲ ਲੜਾਈ ਰਹਿੰਦੀ ਹੈ, ਪੈਸੇ ਦੱਬ ਜਾਂਦੇ ਆ ਪੰਜਾਬ ਦੇ, ਬਿੱਲ ਰੋਕ ਲੈਂਦੇ ਆ, ਲੜੂੰਗਾ ਮੈਂ, ਮੇਰੀ ਕੋਈ ਲੜਾਈ 'ਚ ਕਮੀ ਨਹੀਂ ਆਉਣੀ, ਪਰ ਇਹ ਮੇਰਾ ਇਕੱਲੇ ਦਾ ਕੰਮ ਨਹੀਂ, ਇਹ ਆਪਣਾ ਸਾਰਿਆਂ ਦਾ। ਮੈਨੂੰ 13 ਸ਼ਕਤੀਆਂ ਦਿਓ, 13 ਹੱਥ ਦੇ ਦਿਓ, ਜਿਹੜੇ ਜਾ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਐਦਾਂ ਮੁੱਠੀ ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣਗੇ, 1 ਰੁਪਈਆ ਨਹੀਂ ਰੋਕ ਸਕਦਾ ਕੋਈ ਮਾਈ ਦਾ ਲਾਲ ਪੰਜਾਬ ਦਾ। ਤੇਰਾਂ ਜੀਰੋ ਕਰੋਂਗੇ, ਬਾਕੀਆਂ ਤੋਂ ਆਪਾਂ ਲੈਣਾ ਕੀ ਹੈ? ਬਥੇਰੇ ਚੈੱਕ ਕਰਕੇ ਦੇਖ ਲੈ, ਸੁਖਬੀਰ ਬਾਦਲ ਸੀ ਤੁਹਾਡਾ ਇਸ ਤੋਂ ਪਹਿਲਾਂ ਵਾਲਾ, ਕਦੇ ਬੋਲਿਆ ਪਾਰਲੀਮੈਂਟ 'ਚ? ਕਦੇ ਨਹੀਂ ਮਿਲਿਆ, ਮੈਂ ਜਦੋਂ ਹੁੰਦਾ ਸੀ ਉਦੋਂ ਆਉਂਦੇ ਹੀ ਨਹੀਂ ਸੀ ਕਦੇ, ਨਾ ਕਦੇ। ਇਹਦੀ ਆਵਾਜ਼ ਘੱਟ ਕਰੀ ਮਾਸਟਰ ਕਰ, ਹਮਿੰਗ ਆਉਂਦੀ ਹੈ। ਵੀਰ ਆਉਂਦੇ ਹੀ ਨਹੀਂ ਸੀ ਕਦੇ ਪਾਰਲੀਮੈਂਟ 'ਚ, ਬੋਲਦੇ ਹੀ ਨਹੀਂ ਸੀ ਕਦੇ, ਉਹਨੇ ਕੀ ਲੈਣਾ? ਉਹਨੇ ਕੀ ਲੈਣਾ? ਉਹਦਾ ਐਤਕੀ ਭੱਜ ਗਿਆ, ਉਹ ਤਾਂ ਭੱਜ ਗਿਆ ਫਿਰੋਜ਼ਪੁਰ ਤੋਂ, ਅਤੇ ਫਿਰੋਜ਼ਪੁਰ ਦੀ ਸੀਟ ਤਾਂ ਮੈਂ ਜਾ ਕੇ ਆਇਆ। ਮੈਂ ਕੱਲ੍ਹ ਵੀ ਮੈਂ ਉੱਧਰ ਫਿਰੋਜ਼ਪੁਰ ਰੂਰਲ ਸੀ, ਲੋਕ ਕਹਿੰਦੇ ਜੀ ਸਾਨੂੰ ਲੱਗ ਗਿਆ ਪਤਾ ਵੀ ਕੰਮ ਕੌਣ ਕਰੂ। ਵੀਰ ਉਹ 3 ਸਾਲ ਆਪਣੀ ਅੱਗੇ ਹਜੇ ਇਸ ਟਰਮ ਦੇ ਸਰਕਾਰ ਦੇ ਪਏ ਨੇ, ਤੁਸੀਂ 13 ਬੰਦੇ ਮੈਨੂੰ ਇਹ ਦੇ ਤੇ, 7 ਬੰਦੇ ਆਪਣੇ ਪਹਿਲਾਂ ਰਾਜ ਸਭਾ 'ਚ ਨੇ, 20 ਤਾਂ ਇਕੱਲੇ ਪੰਜਾਬ ਤੋਂ ਹੀ ਹੋ ਜਾਣਗੇ, 20 ਜਦੋਂ ਪੰਜਾਬ ਦੇ ਹੋ ਗਏ ਆਪਣਾ ਸੈਂਟਰ ਸਰਕਾਰ 'ਚ ਪਊਗਾ ਹਿੱਸਾ, ਤੇ ਤੁਸੀਂ ਦੇਖਿਓ ਸਹੀ ਫਿਰ ਪੰਜਾਬ ਦੀ ਤਰੱਕੀ ਹੁੰਦੀ ਕਿਵੇਂ ਹੈ। ਆਹ ਜਿਹੜਾ MLA ਸਾਹਿਬ ਨੇ ਕਿਹਾ
ਜਿਹੜੇ ਵੀ ਮਸਲੇ ਉਹਨਾਂ ਨੇ ਸੀਡ ਫਾਰਮ ਵਾਲੇ ਕਹਿੰਦੇ ਨੇ ਸਾਰੇ ਹੱਲ ਕਰਾਂਗੇ, ਸਾਰੇ ਹੱਲ ਕਰਾਂਗੇ। ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਝਣ ਨਹੀਂ ਦੇਣਾ, ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਝਣ ਨਹੀਂ ਦੇਣਾ, ਚਾਹੇ ਆਬਾਦਕਾਰਾਂ ਦੀ ਗੱਲ ਹੋਵੇ, ਚਾਹੇ ਜੋ ਜਿਵੇਂ ਚਾਹੁੰਦੇ ਹੋ ਉਦਾਂ ਕਰਨਾ। ਹਜੇ ਤਾਂ ਮੈਂ ਇਸ ਏਰੀਏ 'ਚ ਫੂਡ ਪ੍ਰੋਸੈਸਿੰਗ ਦੀਆਂ ਪਲਾਂਟ ਲਾ ਕੇ ਆਉਣੇ ਨੇ, ਲੈ ਕੇ ਆਉਣੇ ਨੇ ਕਿੰਨੂਆਂ ਦੇ। ਦੇਖੋ ਆਪਾਂ ਨੇ ਕੀ ਕੀਤਾ, ਮਿਡ ਡੇ ਮੀਲ ਜਿਹੜਾ ਸਕੂਲ 'ਚ ਬੱਚਿਆਂ ਨੂੰ ਕੇਲਾ ਦਿੰਦੇ ਹੁੰਦੇ ਸੀ ਇੱਕ, ਅਸੀਂ 2 ਕਿੰਨੂ ਕਰਤੇ, ਹਜ਼ਾਰਾਂ ਟਨ ਕਿੰਨੂ ਸਕੂਲਾਂ 'ਚ ਵਰਤਿਆ ਜਾਊਗਾ, ਔਰ ਇਸ ਵਾਰ ਕਿੰਨੂ ਰੋਲਣ ਨਹੀਂ ਦੇਵਾਂਗੇ। ਹੁਣ ਇਹ ਮੇਰੇ 'ਤੇ ਹੈ, ਕੇਲਾ ਕੇਰਲਾ ਤੋਂ ਮੰਗਵਾਉਂਦੇ ਹਾਂ, ਕਿੰਨੂ ਸਾਡੇ ਕੋਲ ਉੱਗਦਾ, ਬਾਗ ਸਾਡੇ ਕੋਲ ਲੱਗੇ ਹੋਏ ਨੇ। ਸੋ ਜਦੋਂ ਅਮਰੂਦਾਂ ਦਾ ਸੀਜ਼ਨ ਆਊ ਅਮਰੂਦ, ਜਦੋਂ ਲੀਚੀ ਦਾ ਸੀਜ਼ਨ ਆਊ ਪਠਾਨਕੋਟ ਦੀ ਲੀਚੀ, ਅਤੇ ਜਦੋਂ ਅੰਬਾਂ ਦਾ ਸੀਜ਼ਨ ਆਊਗਾ ਹੁਸ਼ਿਆਰਪੁਰ ਦੇ ਅੰਬ। ਅਸੀਂ ਆਪਦੇ ਫਰੂਟ ਦੇਈਏ ਆਪਦੇ ਬੱਚਿਆਂ ਨੂੰ, ਅਸੀਂ ਕਿਉਂ ਬਾਹਰੋਂ ਮੰਗਾਈਏ ਬਈ, ਨਾਲੇ ਕੰਮ ਮਿਲੇ ਇੱਥੇ, ਹਾਰਟੀਕਲਚਰ ਜਿਹੜਾ ਅਪ ਹੋਵੇ। ਉਹ ਬਹੁਤ ਵੱਡੀਆਂ ਵੱਡੀਆਂ ਸਕੀਮਾਂ ਸੋਚੀ ਬੈਠੇ ਹਾਂ, ਬਸ ਤੁਸੀਂ ਇੱਕ ਵਾਰੀ 1 ਤਰੀਕ ਨੂੰ ਆਪਣਾ ਫਰਜ਼ ਨਿਭਾ ਦਿਉ, ਉਹ ਤੋਂ ਬਾਅਦ ਫਰਜ਼ ਨਿਭਾਉਣ ਦੀ ਡਿਊਟੀ ਸਾਡੀ ਹੈ, ਉਹ ਤੋਂ ਬਾਅਦ ਸਾਡਾ ਕੰਮ ਹੈ। ਬੀਜੇਪੀ ਵਾਲੇ ਉਹ ਤਾਂ ਡਰਾ ਕੇ ਚਲੇ ਜਾਂਦੇ, ਇੱਥੇ ਪ੍ਰਧਾਨ ਮੰਤਰੀ ਆਇਆ, ਗ੍ਰਹਿ ਮੰਤਰੀ ਆਇਆ, ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ, ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ। ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ? 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ, ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ, ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ। ਹਿੰਮਤ ਹੈ ਕਿ ਸਰਕਾਰ ਤੋੜ ਦੋਗੇ ਸਾਡੀ? ਉਹ ਤੁਸੀਂ ਆਪਣੀ ਸਰਕਾਰ ਬਚਾ ਲਓ, ਉਹੀ ਬਹੁਤ ਹੈ, ਤੁਸੀਂ ਆਪਣੀ ਬਚਾ ਲਓ। ਸੈਂਟਰ 'ਚ ਧਮਕੀਆਂ ਦੇ ਜਾਂਦੇ ਆ ਜੀ, ਜਗ੍ਹਾ ਜਗ੍ਹਾ 'ਤੇ ਆ ਕੇ ਲੋਕ ਸਭਾ ਦੀਆਂ ਵੋਟਾਂ ਮੰਗਣਾ ਹੈ, ਉਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ, ਇਹ ਕਿੱਧਰ ਨੂੰ ਜਾਂਦੀ ਹੈ ਗੱਲ? ਇਹਨਾਂ ਨੂੰ ਐਂ ਲੱਗਦਾ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ। ਉਹ ਭਗਵੰਤ ਮਾਨ ਹੈ, ਉਹ ਖਰੀਦਿਆ ਤਾਂ ਉਹ ਜਾਂਦਾ ਜਿਹੜਾ ਮੰਡੀ 'ਚ ਹੋਵੇ, ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਓਗੇ? ਤੁਹਾਡਾ ਹਜ਼ਾਰਾਂ ਕਰੋੜ, ਤੁਹਾਡਾ ਫਲਾਨਾ ਧਿਮਕਾ, ਕੁਛ ਨਹੀਂ ਚੱਲੂ, ਨਾ ਧਮਕੀ ਚੱਲੂ। ਪੰਜਾਬੀਆਂ ਮੁਲਕ ਲੈ ਕੇ ਦਿੱਤਾ ਸੀ, 80% ਤੋਂ ਬਾਅਦ ਕੁਰਬਾਨੀਆਂ ਸਾਡੀਆਂ ਨੇ, ਅੱਜ ਵੀ ਬਾਰਡਰਾਂ 'ਤੇ ਅਸੀਂ ਖੜ੍ਹੇ ਹਾਂ। ਇਹ ਨਾ ਸੋਚ ਲਿਓ ਕਿ ਪੰਜਾਬੀਆਂ ਨੂੰ ਧਮਕੀ ਦੇ ਜਾਓਗੇ ਇੱਥੇ ਆ ਕੇ। ਪਿਆਰ ਨਾਲ ਪੰਜਾਬੀਆਂ ਤੋਂ ਜੋ ਮਰਜ਼ੀ ਕਰਾ ਲਓ, ਪਰ ਜਦੋਂ ਪੰਜਾਬੀ ਆਪਣੀ ਅਣਖ ਆਬਰੂ 'ਤੇ ਆ ਜਾਂਦਾ, ਫਿਰ ਉਹ ਜਵਾਬ ਦੇਣਾ ਵੀ ਜਾਣਦਾ। ਕਿਸਾਨ ਬੈਠੇ ਰਹੇ 1.5 ਸਾਲ ਉੱਥੇ, 750 ਸ਼ਹੀਦ ਹੋ ਗਿਆ। ਮੰਗਣੀ ਪਈ ਨਾ ਮਾਫ਼ੀ ਫਿਰ ਮੋਦੀ ਨੂੰ ਕਿ ਮੇਰੇ ਤੋਂ ਗਲਤ ਹੋ ਗਿਆ ਕੰਮ, ਨਹੀਂ ਤਾਂ ਕਿਸੇ ਤੋਂ ਮੰਗੀ ਮਾਫ਼ੀ? ਸੋ ਵੀਰੋ, ਇਹ ਗਿੱਦੜ ਬਬੂਕੀਆਂ ਕਿਸੇ ਹੋਰ ਨੂੰ ਦੇਣ, ਅਸੀਂ ਤਾਂ ਪੰਜਾਬ ਵਾਲਿਆਂ ਨਾਲ ਖੜੇ ਹੋ, ਦੋਨੇ ਹੱਥ ਉੱਪਰ ਚੱਕ ਕੇ। ਤੁਹਾਡੀ ਸਰਕਾਰ ਹੈ ਉਹ ਪਹਿਲੀ ਵਾਰ ਤਾਂ ਕੋਈ ਸਰਕਾਰ ਬਣੀ ਹੈ ਜਿਹ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਲੈਂਦੇ ਹੋ, ਜਿਹ ਮੁੱਖ ਮੰਤਰੀ ਨੂੰ ਹੱਥ ਦੇ ਕੇ ਰੋਕ ਲੈਂਦੇ ਹੋ, ਜਿਹ ਮੁੱਖ ਮੰਤਰੀ ਤੁਹਾਡਾ ਆਪਣਾ ਪੁੱਤ ਹੈ, ਭਤੀਜਾ ਹੈ, ਛੋਟਾ ਵੱਡਾ ਭਾਈ ਹੈ। ਇਹ ਤੋਂ ਪਹਿਲਾਂ ਤਾਂ ਕਾਕੇ, ਰਜਵਾੜੇ,
ਰਾਜੇ ਹੁਣ ਆਇਆ ਆਮ ਲੋਕ ਆਮ ਘਰਾਂ ਦੇ। ਸੋ ਵੀਰੋ ਇਹਨਾਂ ਦੇ ਪਿੱਛੇ ਲੱਗਿਓ, ਵੋਟ ਨਾ ਖਰਾਬ ਕਰ ਲਿਓ। 1 ਤਰੀਕ ਨੂੰ ਹੈ ਜੀ ਕਿੱਕਲੀ, ਉਹ ਕਿਉਂ ਸੁਣ ਦਿਓ ਕਿੱਕਲੀ, ਉਹਨਾਂ ਦੀ ਜਾਨ ਪਈ ਹੈ ਨਿਕਲੀ। ਨਾਲੇ ਤੁਹਾਨੂੰ ਸਾਰੀ ਆਉਂਦੀ ਹੈ, ਹੁਣ ਵਾਰ ਵਾਰ ਕੀ ਸੁਣਾਵਾਂ ਹੈ ਜੀ। ਫਿਰ 1 ਤਰੀਕ ਨੂੰ ਝਾੜੂ ਵਾਲਾ ਬਟਨ ਦੱਬੋਗੇ, ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ, ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ। ਸਮਝ ਕੁਛ ਆਵੇ ਨਾ, ਵੋਟ ਕੋਈ ਥਿਆਵੇ ਨਾ, ਮੱਖੀ ਉੱਡੇ ਨਾ ਪਿੰਡੇ ਤੋਂ, ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ। ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ। ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ, ਬਿਜਲੀ ਦਾ ਕੋਈ ਬਿੱਲ ਨਹੀਂ, ਨਹਿਰਾਂ ਕੱਸੀਆਂ ਚ ਪਾਣੀ ਹੈ, ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ। ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇਵਾਲ ਸਾਹਿਬ ਜਿਉਂਦੇ ਸੀ, ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇਵਾਲ ਸਾਹਿਬ ਜਿਉਂਦੇ ਸੀ। ਉਹ ਤੋਂ ਬਾਅਦ ਸਮਝੀ ਨਾ ਸੋਚੀ ਹੈ, ਅਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਹੈ। ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ, ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ। ਆਹ 2 ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ। ਮੇਰੀ ਸੁੱਕੀ ਜਾਏ ਜਾਨ ਵੇ ਹੈ ਜੀ, ਸਹੀ ਹੈ ਨਾ, ਮੇਰਾ ਸੁੱਕੀ ਜਾਏ ਖੂਨ ਵੇ, ਨਾਲੇ ਉੱਡੀ ਜਾਏ ਸਕੂਨ ਵੇ, ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ। ਅਸੀਂ ਮੌਜ ਬੜੀ ਲੁੱਟੀ ਹੈ, ਘੁੱਗੀ ਛਿੱਤਰ ਨਾਲ ਕੁੱਟੀ ਹੈ, ਪਰ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੁੱਟੀ ਹੈ। ਲੈ 4 ਜੂਨ ਨੂੰ ਅਕਾਲੀ ਦਲ ਦੀ ਰਾਜਨੀਤੀ ਚੋਂ ਸਦਾ ਲਈ ਛੁੱਟੀ ਹੈ। ਬੋਲੇ ਸੋਨਿਹਾਲ, ਇਨਕਲਾਬ। ਵੀਰੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ, ਪਿਆਰ ਦਿੱਤਾ। 48 ਡਿਗਰੀ ਟੈਂਪਰੇਚਰ ਦੇ ਵਿੱਚ ਤੁਸੀਂ ਇੱਥੇ ਆਏ ਹੋ, ਇਹੋ ਜਿਹੇ ਵੇਲੇ ਲੀਡਰ ਬਾਹਰ ਨਹੀਂ ਨਿਕਲਦੇ, ਨਾ ਲੋਕ ਨਿਕਲਣ। ਇਹ ਤਾਂ ਪਿਆਰ ਹੀ ਆ ਤੁਹਾਡਾ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ, ਅੱਕਣ ਨਹੀਂ ਦਿੰਦਾ। ਉਹ ਵੱਡੇ ਵੱਡੇ ਦੇਸ਼ ਦੇ ਪੱਤਰਕਾਰ ਕਹਿੰਦੇ ਇੰਨੀਆਂ ਰੈਲੀਆਂ ਕਿਵੇਂ ਕਰ ਲੈਂਦੇ ਹੋ, ਉਹ ਮੈਂ ਕਿਹਾ ਮੂਹਰੋਂ ਪਿਆਰ ਹੀ ਇੰਨਾ ਮਿਲਦਾ, ਮੈਂ ਕੀ ਕਰਾਂ, ਪਿਆਰ ਹੀ ਇੰਨਾ ਮਿਲਦਾ ਮੂਹਰੋਂ। ਸੋ 1 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਦਿਓ। ਅਰਵਿੰਦ ਕੇਜਰੀਵਾਲ ਜੀ ਉਹ ਵੀ ਆਏ ਨੇ, ਪੰਜਾਬ ਚ ਫਿਰਦੇ ਨੇ ਉਹ ਵੀ। ਸਾਨੂੰ ਆਪਦੇ ਵਾਸਤੇ ਵੋਟ ਨਹੀਂ ਚਾਹੀਦੀ ਮੇਰੇ ਵੀਰੋ, ਤੁਹਾਡੇ ਜਵਾਕਾਂ ਵਾਸਤੇ ਵੋਟ ਮੰਗਣ ਆਇਆ। ਇਹ ਨਾ ਕਹਿ ਦਿਓ ਕਿ ਜੇ ਭਗਵੰਤ ਮਾਨ ਫਾਜ਼ਿਲਕਾ ਬੱਲੂਆਂ ਨੇ ਬਲ ਦੇ 2-3 ਚੱਕਰ ਹੋਰ ਲਾ ਜਾਂਦਾ, ਫਿਰ ਉਹਨੂੰ ਵੋਟਾਂ ਹੋਰ ਪਾ ਦਿੰਦੇ। ਵੀਰੋ ਮੈਨੂੰ ਵੋਟਾਂ ਨਾ ਪਾਇਓ, ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਮੰਗਣ ਨਹੀਂ ਆਇਆ, ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣ ਆਇਆ। 43,000 ਨੌਕਰੀਆਂ ਦੇ ਦਿੱਤੀਆਂ, ਲੱਖਾਂ ਹਜੇ ਦੇਣੀਆਂ ਨੇ ਨੌਕਰੀਆਂ।
ਬਿਜਲੀ ਤੁਹਾਨੂੰ ਮੁਫ਼ਤ ਹੈ। ਜਿਹੜਾ ਜਿਹੜਾ ਬਿਜਲੀ ਦਾ ਬਿੱਲ ਆਉਂਦਾ ਜੀਰੋ, ਉਹ ਹੱਥ ਖੜਾ ਕਰ ਦਿਓ। ਆ ਲਓ ਹੁਣ ਇੱਕ ਗੱਲ ਮੇਰੇ ਨਾਲ ਵਾਅਦਾ ਕਰੋ, ਜੇ ਮੈਂ ਬਿਜਲੀ ਦਾ ਬਿੱਲ ਜੀਰੋ ਕਰ ਸਕਦਾ ਤਾਂ ਤੁਸੀਂ ਕਾਂਗਰਸੀਆਂ ਤੇ ਅਕਾਲੀਆਂ ਨੂੰ ਜੀਰੋ ਨਹੀਂ ਕਰ ਸਕਦੇ? ਜੀਰੋ ਦਾ ਬਦਲਾ ਜੀਰੋ ਨਾ ਦੇ ਦਿਓ। ਹੋ ਗਿਆ ਕੰਮ? ਲੋਕਾਂ ਕੋ ਅਕਸਰ ਕਹਿਤੇ ਸੁਣਾ ਹੈ, ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ ਇਨਕਲਾਬ, ਭਾਰਤ ਮਾਤਾ ਕੀ, ਵੰਦੇ ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਇੰਨੀ ਗਰਮੀ 'ਚ ਤੁਸੀਂ ਇੰਨੇ ਚਿਰ ਤੋਂ ਬੈਠੇ ਹੋ, ਆਰਾਮ ਨਾਲ ਜਾਇਓ, ਹੌਲੀ ਜਾਇਓ। ਬੱਚੇ ਵੀ ਨੇ, ਬਜ਼ੁਰਗ ਵੀ ਨੇ, ਮਾਵਾਂ ਭੈਣਾਂ ਵੀ ਨੇ, ਮਿਲਦੇ ਰਵਾਂਗੇ। ਹੁਣ ਤਾਂ 4 ਜੂਨ ਨੂੰ ਬਸ ਰਿਜ਼ਲਟ ਬੋਰਡ ਦਾ ਇਸੇ ਤਰ੍ਹਾਂ ਆਵੇਗਾ, 40,000 ਦੀ ਲੀਡ ਤੇ ਬੋਰਡ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਜਿੱਤੀ, ਆਹ ਰਿਜ਼ਲਟ ਆਉਣਾ ਚਾਹੀਦਾ। ਬਹੁਤ ਬਹੁਤ ਤੁਹਾਡਾ ਧੰਨਵਾਦ।